ਇਕੱਲੇ ਪ੍ਰੈਸ਼ਰ ਮੈਂ 30,000 ਦਾ ਫਰਕ ਹੈ, 3 ਲੱਖ ਰੁਪਏ ਮੈਂ ਵਧੀਆ ਦੋਨੋਂ 10 ਲੱਖ ਰੁਪਏ ਵਾਲੀ ਫੀਲਿੰਗ ਆਵੇਗੀ। ਦੇਖੋ ਵੀ ਪਿਛਲੀ ਉਸਨਾਂ ਦਿਖਾਇਆ ਤਾ ਸਾਨੂੰ ਜਿਹੜਾ ਪਾਵਰ ਕਰਿਆ ਤਾ ਆਪਾਂ ਨੇ ਫੋਰ, ਅਤੇ ਅੱਜ ਉਸਕੀ ਸ਼ੋਰ ਸ਼ੋ ਲਾ ਦੀ ਅਤੇ ਦਿਖਾਵਾਂ ਤੁਹਾਨੂੰ ਬਾਕੀ ਬਾਈ ਗੱਲਬਾਤ ਕਰਾਂਗੇ ਆਪਾਂ, ਬਾਅਦ ਚੈੱਕ ਕਰੋ ਪਹਿਲਾਂ ਬਾਅਦ ਚੈੱਕ ਕਰੋਗੇ ਚਲੋ ਜੇ ਬਾਈ ਮਿਸਤਰੀ ਲੈ ਬਈ ਬਾਈ ਆਏ ਅੱਜ, ਅਤੇ ਅੱਜ ਛੋ ਛੋ ਲਾ ਦੀ ਟਰੈਕਟਰ ਕੀ ਬਾਈ ਨੇ, ਅਤੇ ਆਵੋ ਪੁੱਛਾਂ ਤੁਹਾਨੂੰ ਵੀ ਕਿਆ ਕਿਆ ਬਾਈ ਕਰਿਆ ਇਸ ਕਾ ਟਰੈਕਟਰ ਕਾ ਉਹਨਾਂ ਨੇ, ਅਤੇ ਬਾਕੀ ਹੋਰ ਵੀ ਪੁੱਛੇਗੀ ਆਪਾਂ ਬਾਈ ਵੀ ਤਾਂ ਕਿਆ ਕਿਆ ਕਰਦੇ ਇਸ ਕਾ ਟਰੈਕਟਰ ਕਾ ਹੁਣ ਆਪਾਂ ਨੇ ਨਾ ਜੀ ਇਸਕੇ ਵਿੱਚ ਆਪਾਂ ਨੇ ਪਾਵਰ ਸਟੀਅਰਿੰਗ ਕਰਿਆ ਸਾਨੂੰ, ਜੋ ਸਾਰਾ ਹਿੱਸਾ ਜਿਹਾ ਇਸ ਕਾ ਚੇਂਜ ਕਰਨਾ ਲੱਗਿਆ ਸਮਾਂ ਆਪਣਾ T20 ਲਾਇਆ ਸਾਨੂੰ ਫਰੰਟ ਰੈਕ ਕਾ। ਅੱਛਾ ਪੂਰਾ ਹਿੱਸਾ ਬਦਲਣਾ ਲੱਗਿਆ ਇਸ ਕਾ, ਕਟਾਈ ਕਟੂਈ ਵਧੀਆ ਰਹਾ। ਅੱਛਾ ਵੀ ਉਹ ਨਿਦੇਸੀ ਜਿਹਾ ਕੰਮ ਨਹੀਂ ਕਰਿਆ ਹੋਏਗਾ, ਬਾਕੀ ਪੁਰਾਣੇ ਮਾਡਲ ਦੇ ਵਿੱਚ ਇਹ ਚੀਜ਼ਾਂ ਖਰਾਬ ਹੋ ਜਾਈਆਂ ਰਹਿੰਦੀਆਂ, ਇਹ ਟੀਟ ਮਿੱਟੀ ਦੇ ਵਿੱਚ ਹੀ ਵੇ ਹੈਵੀ ਹਿੱਸਾ ਆਇਆ, ਮੈਂ ਕੋਈ ਚੀਜ਼ ਖਰਾਬ ਨਹੀਂ ਹੁੰਦੀ, ਤਾਂ ਕਰਕੇ ਆਪਣੇ ਇਹ ਹਿੱਸਾ ਯੂਜ ਕਰਿਆ। ਹਾਂ ਬਾਕੀ ਉੱਚੇ ਪੈਰਦਾਨ ਲਾਏ ਆ, ਬ੍ਰੇਕਾਂ ਦਾ ਕੰਮ ਕਰਿਆ ਸੀਗਾ। ਅੱਛਾ ਰੇਸਿੰਗ ਨੂੰ ਮੈਸੀ ਵਾਲੀ ਲਾਈ ਹੈ। ਅੱਛਾ ਅਲੱਗ ਅਲੱਗ ਕਰਦੇ ਆ, ਬਾਕੀ ਟਰੈਕਟਰ ਬਾਈ ਨੇ ਰੇਂਜਰ ਰਖਾਇਆ, ਪਾਵਰ ਪੈਰਦਾਨ ਦਾ ਕੰਮ, ਬ੍ਰੇਕਾਂ ਕੰਮ ਕਰਾਇਆ, ਤੇ ਸਟੀਅਰਿੰਗ ਵੀ ਬਦਲ ਦਿਆ ਸਾਰਾ ਕੁਝ, ਸਟੀਅਰਿੰਗ ਸਾਰਾ ਸੈੱਟ ਜੋ ਇਕੱਠਾ ਹੀ ਆਵਾ ਕਿੱਟ ਕੇ ਵਿੱਚ। ਅੱਛਾ ਸੀਟ ਸੂਟ ਵੀ ਚੇਂਜ ਕਰਦੀ ਹੈ? ਹਾਂ ਸੀਟ ਹਜੇ ਤਾਂ ਬਾਈ ਰੰਗ ਵੀ ਜੋਬ ਕਰਾਵੇਗਾ, ਉੱਤੇ ਬਾਅਦ ਫੇਰ ਬਦਲੇਗਾ, ਇਹ ਤਾਂ ਪੈਸੇ ਲਵਾਈਏ ਹਜੇ ਬਾਈ ਨੇ ਕੰਮ ਚਲਾਉਣੇ ਵਾਸਤੇ। ਤੇ ਰੰਗ ਕਿੱਥੇ ਦੇ ਕਰਾ ਰਹੀ ਹੈ ਤੁਹਾਨੂੰ ਇਸ ਕਾ ਟਰੈਕਟਰ ਦਾ? ਰੰਗ ਹੀ ਸੀਗਾ ਵੈਸੇ ਤਾਂ ਰਾਜਪੁਰਾ ਹੀ ਕਰਾਉਣਾ, ਬਾਕੀ ਬਾਈ ਦੇਖੋ ਕਿੱਥੇ ਕਰਾਏਗਾ। ਅੱਛਾ ਜਿਹੜਾ ਤੁਹਾਨੂੰ ਰੈਕਮੈਂਡ ਕਰਾਂ ਉਹ ਰਾਜਪੁਰਾ ਹੈ, ਹਣੀ ਸਹੀ ਕਰਾਵਾਂ, ਬਾਕੀ ਅਲੱਗ ਅਲੱਗ ਬਾਈ ਉਹ ਟਰੈਕਟਰ ਕੀ ਬਾਕੀ ਸਾਰਾ ਕੁਝ ਪੁਰਾਣਾ ਤੇ ਮੋਡੀਫਿਕੇਸ਼ਨ ਇਸ ਨੂੰ ਐਨ ਪੂਰੀ ਕਰਦੇ ਵੀ ਨਵੇਂ ਟਰੈਕਟਰਾਂ ਵਾਲੀ ਜਿਸ ਤਰ੍ਹਾਂ ਵਗੈਰਾ ਟਰਬੋ ਦੇ ਆਪਾਂ ਇਸ ਨੂੰ ਪਾਵਰ ਵਧਾ ਦਈਏ ਸੀਗੀ। ਅੱਛਾ ਦੇਖੋ ਬਾਈ ਇਹ ਬਾਈ ਦਾ ਟਰੈਕਟਰ ਹੈ ਜਿਹੜਾ ਮੇਨ ਬੰਦਾ ਹਨ ਬਾਈ, ਕਿਸ ਤਰ੍ਹਾਂ ਕੰਮ ਲੱਗਿਆ ਤੁਹਾਨੂੰ ਬਾਈ ਦਾ? ਵਧੀਆ ਲੱਗਿਆ ਵੀਰ ਕੰਮ। ਅੱਛਾ ਤੇ ਹੋਰ ਕਿਤੇ ਵੀ ਤੁਹਾਨੂੰ ਪਤਾ ਕਰਿਆ ਵੀ ਕਿਸ ਇਸ ਟਰੈਕਟਰ ਬਾਰੇ ਵੀ ਕਿਤੇ? ਕਰੇ ਰਹੀ ਹੈ ਬੰਦੇ ਬਹੁਤ ਕੰਮ, ਪਰ ਇਹ ਬਾਈ ਦਾ ਵਧੀਆ ਲੱਗਿਆ, ਰਾਜਪੁਰੇ ਵੀ ਹੈ ਬੰਦੇ। ਅੱਛਾ ਹਾਂ ਤੇ ਤੁਹਾਨੂੰ ਵਧੀਆ ਲੱਗਿਆ ਬਾਈ ਇਹ ਕੰਮ? ਹਾਂਜੀ ਬਹੁਤ ਵਧੀਆ ਕੰਮ। ਤੇ ਕਿੰਨਾ ਮਾਡਲ ਹੈ ਉਹ ਬਾਈ ਟਰੈਕਟਰ ਸਾਰਾ? ਮਾਡਲ ਹੈ ਜੀ ਬਹੁਤ ਮੇਰੇ ਦਾ ਪਾ ਦੇਣੀ ਹੈ, ਕਿੰਨਾ ਮਾਡਲ? 99 ਹਾਂ ਨਾ ਕਹੋ 99। ਤੇ ਬਾਈ ਕਿਤੇ ਹੋਰ ਵੀ ਪਤਾ ਕਰਿਆ ਦਾ ਵੀ ਇਸ ਤੇ ਮਹਿੰਗੇ ਰੇਟ ਮਾ ਜਾਂ ਸਸਤੇ ਰੇਟ ਮਾ ਤੁਹਾਨੂੰ ਕਿਤੇ? ਟਰਾਈ ਕਰਿਆ ਦਾ ਮੈਂ ਇੱਥੇ ਪੈਸੇ ਵੱਧੇ ਮੰਗ ਰਹੇ ਦੇ ਸਾਰੇ। ਅੱਛਾ ਰਾਜਪੁਰੇ ਵੀ ਕਰਿਆ ਜਿੱਥੇ ਮਤਲਬ ਤਿਆਰ ਕਰ ਰਹੇ ਕਰਿਆ ਮੈਂ ਪਤਾ, ਪਰ ਉਰੇ ਬਹੁਤ ਘੱਟ ਖਰਚੇ ਮਾ ਤਿਆਰ ਹੋਇਆ ਮੇਰਾ। ਕਿੰਨਾ ਫਰਕ ਲੱਗਿਆ ਤੁਹਾਨੂੰ ਰੇਟ ਰੂਟ ਮਾ ਵੀ ਉਹਨਾਂ ਦੇ ਤੇ ਇਸ ਬਾਈ? 30,000 ਦਾ ਫਰਕ ਪਿਆ। ਅੱਛਾ ਤੇ ਸਮ ਹੋਰ ਲੋਕਾਂ ਪ੍ਰੈਸਰ ਮਾ ਤੀਗਾ ਪਿਆ? ਅੱਛਾ ਬਾਕੀ? ਹਾਂ ਕੱਲੇ ਪ੍ਰੈਸਰ ਮਾ ਪਿਆ, ਟੋਟਲ ਟਰੈਕਟਰ ਮਾ ਨਹੀਂ ਪਿਆ। ਅੱਛਾ ਕੱਲੇ ਪ੍ਰੈਸਰ ਮਾ 30,000 ਦਾ ਫਰਕ ਹੈ। ਅੱਛਾ ਜੇ ਪੂਰੇ ਟੋਟਲ ਮਾ ਲਾਵਾਂ 70,000-80,000 ਰੁਪਏ ਦਾ ਫਰਕ ਪੈ ਜਾਊਗਾ। ਅੱਛਾ ਤੇ ਥਮਾ ਚਾਹਾਂ ਵੀ ਹੋਰ ਵੀ ਲੋਕ ਉਰੇ ਆ, ਮੈਂ ਤੁਹਾਨੂੰ ਕਹਿਣਾ ਚਾਹਾਂ ਲੋਕਾਂ ਨੂੰ। ਹਾਂਜੀ ਹਾਂਜੀ ਆ ਮੈਂ ਬਾਈ ਦੇ ਕੰਮ ਕਰਾਂ, ਵਧੀਆ ਕੰਮ ਕਰਾਂ। ਅੱਛਾ ਘੱਟ ਰੇਟ ਦੇ
ਘੱਟ ਰੇਟ ਮਾ ਲੈ ਵੀ ਤੁਹਾਨੂੰ ਵੀ ਜੇ ਟਰੈਕਟਰ ਘੱਟ ਰੇਟ ਮਾ ਤਿਆਰ ਕਰਵਾਉਣਾ ਅਤੇ ਬੜੀ ਵਧੀਆ ਐਨ ਸਾਰਾ ਸਮਾਨ ਕੋਈ ਜਗਾੜੂ ਕੰਮ ਨਹੀਂ ਕਰਿਆ ਵਾ ਅਤੇ ਸਾਰਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਿਆ ਵਾ ਅਤੇ ਬਾਈ ਨੇ ਪਹਿਲਾਂ ਵੀ ਟਰੈਕਟਰਾਂ ਕੰਮ ਬਹੁਤ ਕੰਪਨੀਆਂ ਵੀ ਕੰਮ ਉਹੀ ਟਾਈਮ ਲਾਇਆ ਅਤੇ ਵੀ ਤਾਂ ਕਿੰਨੇ ਬਈ ਜੇ ਆਵੇ ਲੋਕ ਤੁਹਾਡੇ ਪਾ ਜਾਇਜ਼ ਰੇਟਾਂ ਮਾ ਹੀ ਕਰੇ ਕੰਮ ਅੱਛਾ ਜਿਹੜਾ ਲੋਕ ਕੋਈ ਕਿਤੇ ਦੇ ਪੁੱਛਗਾ ਜੇ ਹੈ ਨੀ ਵੀ ਜਾਇਜ਼ ਰੇਟਾਂ ਮਾ ਕੰਮ ਕਰਾਂਗੇ ਆਪਾਂ ਖੁਦ ਜ਼ਿੰਮੇਦਾਰ ਹੈ ਆਹੋ ਆਪਾਂ ਨੂੰ ਪਤਾ ਵੀ ਜ਼ਿੰਮੇਦਾਰ ਪੈਸੇ ਹੈ ਨਹੀਂ ਜਾਂਦੇ ਆਹੋ ਸਹੀ ਬਾਤ ਹੈ ਆਹੋ ਸ਼ੌਂਕ ਵੀ ਜੇ ਕਿਸੇ ਨੇ ਪੋੜਨੇ ਹੈ ਨਹੀਂ ਵੀ ਕਿਸੇ ਦਾ ਪੁਰਾਣਾ ਟਰੈਕਟਰ ਤਿਆਰ ਕਰਾਉਣਾ ਤਾਂ ਬਹੁਤ ਵਧੀਆ ਰੇਟਾਂ ਮਾ 10 ਲੱਖ ਰੁਪਇਆ ਨਹੀਂ ਲਾ ਸਕਦਾ ਹੈਗਾ ਆਹੋ 10 ਲੱਖ ਰੁਪਇਆ ਵਧੀਆ ਦੋਨੋਂ 10 ਲੱਖ ਰੁਪਇਆ ਵਾਲੀ ਫੀਲਿੰਗ ਆਵੇਗੀ ਟਰੈਕਟਰ ਦੀ ਅੱਛਾ ਦੇਖੋ ਬਈ ਤਾਂ ਮੈਂ ਦੇਖੇ ਸਕਾਂ ਹਾਲੇ ਹੋਰ ਰੰਗ ਰੁੰਗ ਕਰਾ ਕੇ ਤੁਹਾਨੂੰ ਹੋਰ ਵੀ ਦਿਖਾਵੇਂਗੇ ਪੂਰਾ ਟਰੈਕਟਰ ਤਿਆਰ ਹੋਇਆ ਵਾ ਦਿਖਾਵੇਂਗੇ ਐਂਡ ਮਾ ਅਤੇ ਹਾਲੇ ਬਾਈ ਨੇ ਹਾਲੇ ਇੰਨਾ ਕਰਿਆ ਅਤੇ ਹੌਲੀ ਹੌਲੀ ਕਰ ਰਹੀ ਹੈ ਅਤੇ ਹੋਰ ਵੀ ਘੱਟ ਟਾਈਮਾਂ ਵੀ ਕਰੇਂਗੇ ਅਤੇ ਜਿਸ ਤਰ੍ਹਾਂ ਕੰਪਨੀ ਵਾਲੇ ਜਾਂ ਹੋਰ ਬੰਦੇ ਟਾਈਮ ਜ਼ਿਆਦਾ ਲਾਉਂਦੇ ਆ ਉਸ 'ਤੇ ਘੱਟ ਟਾਈਮਾਂ ਕਰਦੇ ਹੈ ਨਾ ਵੀ ਹਾਂ ਕਈ ਦੋ ਮਹੀਨੇ ਦੋ ਦੋ ਮਹੀਨੇ ਲੰਘਾਉਂਦੇ ਹਾਂ ਵੀ ਟਰੈਕਟਰ ਤਿਆਰ ਕਰਨੇ ਵਾ ਅਤੇ ਬਾਈ ਐਨ ਸਾਰਾ ਹੀ ਆਪਣੇ ਘਰਾਂ ਕੰਮ ਕਰਾਂ ਅਤੇ ਬਹੁਤ ਵਧੀਆ ਤਰੀਕੇ ਗੱਲ ਦੇਖੋ ਚਲੋ ਦਿਖਾਵਾਂ ਤੈਨੂੰ ਅੱਗੇ ਫਿਰ ਜ਼ਿਆਦਾ ਅੱਗੇ ਤਿਆਰ ਕਰੀਏ ਆਪਾਂ